32 ਕਿੱਲੇ ਵਾਹਣ ਆਪਾਂ ਕੀਤਾ, 12.5 ਘੰਟੇ ਆਪਾਂ ਨੂੰ ਟਾਈਮ ਲੱਗਿਆ। ਹਾਂਜੀ ਬਾਈ ਜੀ, ਵੈਸੇ ਤਾਂ ਵਾਹਣ ਆ ਰਿਹਾ ਸਾਹਮਣੇ ਜਮਾਂ, ਆਪਣੇ ਪਿੰਡ ਤੋਂ 3 PP ਵਾਲੀ ਸੜਕ ਆ ਗਈ, ਆ ਮੰਦਰ ਆ ਗਿਆ ਅਤੇ ਆਹ ਵਾਹਣ ਰਿਹਾ, ਇੱਧਰ ਉਹ ਟਰੈਕਟਰ ਖੜ੍ਹਾ ਆਪਣਾ, ਆ ਗਏ ਨੀਲੀ ਟੀ ਸ਼ਰਟ, ਵਾਲ ਵੇਖੋ ਮਿੱਟੀ ਨਾਲ ਹੋ ਜਾਂਦੇ ਜਿਵੇਂ ਜੈੱਲ ਲਾਈ ਹੋਵੇ। ਕਲਾਕਾਰੀ ਕੀਤੀ ਹੈ, ਫੱਟ ਕਰਾਏ ਨਾ। ਪਹਿਲਾਂ ਤਾਂ ਬਾਈ ਸਫਾਈ ਦੱਸਿਓ ਕਿਵੇਂ ਲੱਗੀ ਵਾਹਣ ਦੀ, ਅਤੇ ਆਹ ਵਾਹਣ ਹੈ ਪਹਿਲਾਂ ਆਪਣੇ ਇੱਥੇ ਹੈਗਾ ਇੱਕ 800-900 ਚਲਾਉਂਦਾ ਬਾਈ ਕਰਾਹਾ। ਆਪਾਂ ਵੈਸੇ ਆਮ ਕਿਸੇ ਨੂੰ ਛੇਤੀ ਕਿਤੇ ਮਾੜਾ ਕਹਿੰਦੇ ਨਹੀਂ ਹੁੰਦੇ ਵੀ ਕੀ ਹਿਸਾਬ ਹੈ ਕੀ ਕਿਤਾਬ ਹੈ ਅਗਲੇ ਦਾ, ਸਾਰਿਆਂ ਦਾ ਲਾਉਣ ਦਾ ਅੱਡੋ ਅੱਡ ਤਰੀਕਾ ਹੁੰਦਾ ਵੀ ਮੈਂ ਹਰ ਵਾਰ ਕਹਿਣਾ ਹੁੰਦਾ, ਪਰ ਜਦੋਂ ਬਈ ਬੰਦਾ ਕੰਪਿਊਟਰ ਲਾਉਣ ਲੱਗ ਜਾਏ ਉਹਨੂੰ ਇਹਨਾਂ ਦਾ ਪਤਾ ਹੋਣਾ ਚਾਹੀਦਾ ਵੀ ਇੱਥੇ ਇੱਕੇ ਦਮ ਟੱਕ ਨਹੀਂ ਬਣਾਈ ਦਾ ਹੁੰਦਾ, ਢਾਲ ਦੇਣ ਦਾ ਤਰੀਕਾ ਜੋ ਸਹੀ ਹੈ ਜਾਂ ਤਾਂ ਅਗਲੇ ਨੂੰ ਜਵਾਬ ਦੇ ਦਿਓ ਤੁਸੀਂ, 4 ਰੁਪਈਆ ਬਦਲੇ ਅਗਲੇ ਦਾ ਕੰਮ ਨਾ ਖਰਾਬ ਕਰੋ। ਅਗਲਾ ਸਾਲ 2 ਸਾਲਾਂ ਤੋਂ ਪਹਿਲਾਂ ਛੇਤੀ ਕਿਤੇ ਕੋਈ ਅੱਜ ਕੱਲ੍ਹ ਕਰਾਹਾ ਨਹੀਂ ਲਵਾਉਂਦਾ, ਇਹੋ ਜਿਹੀਆਂ ਫਸਲਾਂ ਹੋਈ ਜਾਂਦੀਆਂ ਸਾਡੇ ਏਰੀਏ ਤਾਂ ਬਈ, ਅਤੇ ਤੁਸੀਂ ਅਗਲੇ ਨੂੰ ਦੱਸੋ ਤਾਂ ਸਹੀ ਵੀ ਬਈ ਆਪਾਂ ਨੂੰ ਐਂ ਆਉਂਦੀ ਹੈ ਢਾਲ ਕਰਨੀ, ਜਾਂ ਅਗਲੇ ਨੂੰ ਕਹਿ ਦਿਓ ਯਾਰ ਵੀ ਐਂ ਲੋਟ ਨਹੀਂ ਆਉਂਦੀ ਆਪਣੇ ਢਾਲ ਬਾਈ, ਜੀਰੋ ਜੀਰੋ ਕਰਨਾ ਤਾਂ ਕਰ ਦਿੰਦਾ ਮੈਂ। ਅਤੇ ਆਹ ਗੱਡੀ ਖੜ੍ਹੀ ਹੈ ਆਪਣੀ, ਗੱਡੀ ਤੋਂ 3 ਕੁ ਕਰਮਾਂ ਅੱਗੇ ਬਾਈ ਨੇ ਸਿੱਧਾ 1 ਇੰਚ ਲੈਵਲ ਸਿੱਟਤਾ, ਇੱਥੋਂ ਤੱਕ ਲਿਆਇਆ ਜੀਰੋ, ਉੱਥੋਂ ਉਹ ਨੱਕੇ ਰਹੇ ਉਹ ਦਰਖਤ ਦੇਖਦੇ ਲੱਗੇ ਤੁਹਾਨੂੰ, ਇੱਥੋਂ ਤੱਕ ਆਇਆ ਗੱਡੀ ਤੱਕ ਜੀਰੋ ਲੈਵਲ। ਜੀਰੋ ਲੈਵਲ ਵੀ ਕੀ ਵਿਚਾਲੇ ਉੱਚਾ ਸੀ ਥਾਂ, ਅਤੇ ਇਦੋਂ ਬਾਅਦ ਇੱਕੇ ਦਮ ਸਿੱਧਾ 1 ਇੰਚ ਦਾ ਲੈਵਲ ਸਿੱਟਤਾ, 1 ਇੰਚ ਦਾ ਲੈਵਲ ਸਿੱਟ ਕੇ ਅਤੇ ਅੱਗੇ ਫਿਰ ਤੁਰੇ ਜਾਂਦੇ ਨੂੰ 1 ਇੰਚ ਹੋਰ ਨੀਵਾਂ ਕਰਤਾ, 4 ਕਿੱਲੇ ਲਾਵਾਂ 2 ਇੰਚ ਢਾਲ ਚਾਹੀਦੀ ਹੈ, ਜਮਾਂ ਜਾਇਜ਼ ਗੱਲ ਹੈ ਕੋਈ ਦਿੱਕਤ ਨਹੀਂ, ਪਰ ਢਾਲ ਚਾਹੀਦੀ ਕਿਵੇਂ ਆ ਉਹ ਬਣਾਉਣੀ ਕਿਵੇਂ ਆ ਉਹ ਤਾਂ ਪਹਿਲਾਂ ਬਾਈ ਸਿੱਖੋ ਯਾਰ, ਐਂ ਧੱਕਾ ਤਾਂ ਥੋੜ੍ਹੀ ਹੁੰਦਾ, ਜਿੱਥੇ ਜੀ ਕੀਤਾ ਉੱਥੇ ਹੀ ਐਂ ਇੰਚ ਦਾ ਟੋਆ ਹੀ ਪਾ ਦਿੱਤਾ ਸਿੱਧਾ, ਇੱਕ ਲੇਦੀ ਲੇਦੀ ਐਂ ਪਤਲੀ ਪਤਲੀ ਹਵਾ ਸਮਾਨ ਢਾਲ ਤੁਰੀ ਆਉਣੀ ਹੈ, ਤੁਰੇ ਆਉਂਦੇ ਦੇ ਕਿਰਾਏ ਦਾ ਅੱਧਾ ਅੱਧਾ ਹੈਂਡਲ ਮਾਰਦਾ ਆਉਣਾ ਬੰਦੇ ਨੇ, ਅਤੇ ਉਹਦੇ 'ਤੇ ਪਾਣੀ ਐਂ ਇੱਕ ਸਾਰ ਐਂ ਢਾਲ ਨਾਲ ਤੁਰਿਆ ਆਉਂਦਾ, ਹੁਣ ਉੱਥੋਂ ਤੱਕ ਤਾਂ ਜੀਰੋ ਲੈਵਲ ਤੁਰਿਆ ਆ, ਇੱਥੋਂ ਜਿੱਥੇ ਮੈਂ ਖੜ੍ਹਾ ਮੰਨ ਲਓ ਇੱਥੇ ਵੀ ਗੱਡੀ ਉਦੋਂ ਖੜ੍ਹੀ, ਵੈਸੇ ਤਾਂ ਉੱਥੋਂ ਤੱਕ ਸੀ ਜੀਰੋ, ਵੀ ਚੱਲ ਇੱਥੋਂ ਤਾਂ ਹੀ ਮੰਨ ਲਓ ਤੁਸੀਂ ਵੀ 2 ਕਿੱਲੇ ਪਾਣੀ ਜੀਰੋ ਲੈਵਲ ਤੁਰਿਆ ਆ, ਅੱਗੇ ਆ ਕੇ ਸਿੱਧਾ 1 ਇੰਚ ਦਾ ਟੋਆ ਡਿੱਗੂ, ਉਦੋਂ ਗਾਂ 1 ਇੰਚ ਹੋਰ ਡਿੱਗ ਪਊ ਗਾਂ ਤੁਰਿਆ ਜਾਂਦਾ, ਅਤੇ ਆਹ ਤਾਂ ਸਾਰਾ ਖਾਲੀ ਹੋਊਗਾ, ਇਹਦੇ 'ਚ ਪਾਣੀ ਕਿਵੇਂ ਖੜੂਗਾ, ਜਦੋਂ 1 ਦਮ ਲੈਵਲ ਡਿੱਗੂਗਾ ਉਦੋਂ ਬਈ ਪਾਣੀ ਅੱਗੇ ਜਾਊਗਾ ਹੀ ਜਾਊਗਾ ਸਾਰਾ, ਅਤੇ ਜਦੋਂ ਆਪਣੇ ਐਂ ਲੇਦੀ ਜੀ ਢਾਲ ਤੁਰੀ ਆਊਗੀ ਆਰਾਮ ਨਾਲ, ਅੱਧਾ ਗੇੜਾ 1 ਗੇੜਾ ਅੱਧਾ ਗੇੜਾ 1 ਗੇੜਾ ਐਂ ਕਰਕੇ ਢਾਲ ਤੁਰੀ ਆਊਗੀ, ਜਦੋਂ ਉਦੋਂ ਪਾਣੀ ਵਾਲੀ ਦਿੱਕਤ ਨਹੀਂ ਆਉਂਦੀ,
ਇੱਕੋ ਹੀ ਢਾਲ ਤੁਰੀ ਜਾਣੀ ਚਾਹੀਦੀ ਹੈ, ਇਕੱਠੇ ਦੋ ਗੇੜੇ ਨਹੀਂ ਸਿੱਟਣੇ। ਹੁਣ ਆਪਾਂ ਇਹਦੇ 'ਚ ਮਿੱਟੀ ਮੁੱਟੀ ਖਿੱਚ ਕੇ ਸੈੱਟ ਬੈੱਟ ਕਰਕੇ ਇਹਨੂੰ ਅਤੇ ਢਾਲ ਸੈੱਟ ਕੀਤੀ ਹੈ ਜੀ। ਸਟਾਰਟਿੰਗ ਤੋਂ ਢਾਲ ਚਾਲੂ ਕੀਤੀ ਹੈ ਅੱਧਾ ਅੱਧਾ ਗੇੜਾ ਕਰਕੇ। ਪਹਿਲਾਂ ਇੱਕ ਕਿੱਲਾ ਆਪਾਂ ਜੀਰੋ ਲੈਵਲ ਕੀਤਾ, ਜਿਹੜਾ ਪਹਿਲਾਂ ਇੱਕ ਕਿੱਲਾ ਉੱਧਰਲੇ ਪਾਸੇ ਉਹਨੂੰ ਆਪਾਂ ਜੀਰੋ ਕੀਤਾ। ਉਦੋਂ ਬਾਅਦ ਅੱਧਾ ਅੱਧਾ ਗੇੜਾ ਕਰਕੇ ਆਪਾਂ ਢਾਲ ਬਣਾਈ ਹੈ ਜੀ। ਹੁਣ ਘੁੱਗੀ ਦੇ ਪੈਣ ਵਾਲੀਆਂ ਕੰਨ 'ਤੇ ਭੈਣ ਜੋ ਇਹਨਾਂ ਅੰਦਰ ਕਾਹਤੋਂ ਤੁਰੀ ਇਹਨਾਂ ਤੋਂ ਦਿਖਾਵਾਂ ਕਿੱਥੇ ਲੈ ਕੇ ਗਿਆ ਗੇੜਾ ਇਹ। ਆ ਰਹੀ ਲੀ ਪਹਿਲਾਂ ਵਾਲੇ ਗੇੜੇ ਦੀ, ਆ ਸੀ ਇੱਥੇ ਇੰਨਾ ਅੰਦਰ ਤੋਰਿਆ। ਆਹ ਗੱਲ ਨਹੀਂ ਆਪਣੇ ਜੱਜ ਦੀ, ਖੜ ਜਾ ਹੁਣ ਮੈਂ ਦੱਸਦਾ। ਆ ਹੁਣ ਜਾ ਕੇ ਗੱਲ ਬਣੀ ਆ, ਟਾਇਰ ਤੋਂ ਟਾਇਰ ਦਾ ਇੰਨਾ ਡਿਸਟੈਂਸ ਹੋਣਾ ਜ਼ਰੂਰੀ ਆ 10 ਫੁੱਟੀ ਬਾਗਟ 'ਚ। ਅਤੇ ਆਹ ਇੱਥੇ ਵੇਖੋ ਪਹਿਲਾਂ ਵਾਲੇ ਗੇੜੇ 'ਚ, ਆਹ ਚੀਜ਼ ਨਹੀਂ ਆਪਾਂ ਨੂੰ ਪਸੰਦ ਆ। ਜਿੰਨਾ ਮਾਰਜਿਨ ਆ ਬਕਟ ਦਾ, 10 ਫੁੱਟ ਦੀ ਬਕਟ ਹੈ, 9-9.5 ਫੁੱਟ ਤਾਂ ਗੇੜਾ ਹੋਣਾ ਚਾਹੀਦਾ। 8 ਫੁੱਟ ਹੀ ਗੇੜਾ ਰਹਿ ਜੇ ਫਿਰ ਉਹਦਾ ਕੋਈ ਤੁੱਕ ਨਹੀਂ। ਫਿਰ ਤਾਂ ਜੇ 8 ਫੁੱਟ ਵਾਲਾ ਕੋਈ ਚੰਗਾ ਡਰਾਈਵਰ ਹੈ ਤਾਂ ਉਹਨੇ ਵੀ ਉਨਾ ਕੰਮ ਹੀ ਕਰ ਦੇਣਾ ਤੁਹਾਡੇ ਜਿੰਨਾ, ਉਹ ਨਹੀਂ ਕੋਈ ਤੁੱਕ ਉਸ ਚੀਜ਼ ਦਾ ਨਾ। ਆਪਾਂ ਇਹੋ ਜਿਹਾ ਕੰਮ ਕਰਕੇ 13-14 ਰੇਸ ਹੈ, ਦੂਜਾ ਹਾਈ ਗੇਅਰ ਹੈ ਬਈ, ਤੁਹਾਨੂੰ ਟਾਇਰਾਂ ਕਰਕੇ ਲੱਗਦਾ ਹੋਊਗਾ ਵੀ ਤੋਰਾ ਘੱਟ ਹੈ। ਅਤੇ ਹੁਣ ਬਸ ਉਹ ਲਾਈਟ ਦੀ ਕੰਨੀ 'ਤੇ ਆਉਂਦੀ ਹੈ ਆ ਗੇੜਾ, ਨੌਕਰ ਬੋਰਡ ਇਹ ਤੋਂ ਗੇੜੇ ਸਿੱਧੇ ਨਹੀਂ ਨਿਕਲਣ ਲੱਗੇ ਹਜੇ, ਕਿਉਂਕਿ ਮੈਨੂੰ ਪਤਾ ਤੂੰ ਵਲੌਗ ਦੇਖਦਾ ਅਤੇ ਆਪਦਾ ਕੰਮ ਸੁਧਾਰ। ਕੱਲ੍ਹ ਬਈ ਜੀ ਆਪਾਂ ਜਿੱਥੇ ਲਾਈ ਜਾਂਦੇ ਸੀਗੇ 32.5 ਕਿੱਲੇ ਵਾਹਣ ਆਪਾਂ ਕੀਤਾ, 12.5 ਘੰਟੇ ਆਪਾਂ ਨੂੰ ਟਾਈਮ ਲੱਗਿਆ, ਜਿਹਦੇ 'ਚੋਂ ਅੱਧਾ ਘੰਟਾ ਆਪਣਾ ਖੁੱਲ੍ਹਾ ਖੁੱਲ੍ਹਾ ਜਿਹੜੀ ਢਾਲ ਸੈੱਟ ਕਰ ਰਹੇ ਸੀ ਆਪਾਂ ਉਹਦੇ 'ਚ ਨਿਕਲ ਗਿਆ, ਅੱਧਾ ਘੰਟਾ ਟਾਈਮ ਉਹਦੇ 'ਚ ਖਰਾਬ ਹੋਇਆ ਸੀ ਆਪਣਾ। ਅਤੇ ਉਹ ਤਾਂ ਚਲੋ ਰੁਪਈਏ ਤਾਂ ਅਗਲੇ ਦੇ ਲੱਗਣੇ ਹੁੰਦੇ ਆ, ਪਰ ਜੋ ਗੱਲ ਆ ਉਹ ਤਾਂ ਦੱਸਣੀ ਪੈਂਦੀ ਹੈ। ਢਾਲ ਵਾਲਾ ਸਿਸਟਮ ਹੈ ਜਿਹੜਾ ਬਟਨਾਂ ਵਾਲਾ ਬਈ, ਦੇਖੋ ਵਧੀਆ ਸਿਸਟਮ ਹੈ, ਕੋਈ ਦਿੱਕਤ ਵਾਲੀ ਗੱਲ ਨਹੀਂ। ਸੈੱਟ ਕਰਨਾ ਇੱਕ ਵਾਰੀ ਔਖਾ ਹੁੰਦਾ, ਅਗਲੀ ਵਾਰੀ ਜੇ ਕੋਈ ਵਾਹਣ ਮੈਂ ਬਟਨਾਂ ਵਾਲੀ ਢਾਲ ਵਾਲਾ ਕੀਤਾ ਤਾਂ ਮੈਂ ਤੁਹਾਨੂੰ ਜ਼ਰੂਰ ਦਿਖਾ ਦੂੰਗਾ, ਅਤੇ ਜੇ ਨਾ ਆਇਆ ਕੋਈ ਵਾਹਣ ਤਾਂ ਤੁਹਾਨੂੰ ਮੈਂ ਹੁਣ ਮੋਟਾ ਮੋਟਾ ਉਵੇਂ ਸਮਝਾ ਦਿੰਦਾ ਨੇੜੇ ਜਾ ਕੇ ਮਸ਼ੀਨ ਦੇ ਵੀ ਕੀ ਸਿਸਟਮ ਹੁੰਦਾ ਅਤੇ ਕੀ ਨਹੀਂ ਹੁੰਦਾ। 2 ਐਕਸਿਸ ਹੁੰਦੇ ਮਸ਼ੀਨ ਦੇ, ਐਕਸ ਐਕਸਿਸ ਅਤੇ ਵਾਈ ਐਕਸਿਸ, ਦੋਨੋਂ ਚੀਜ਼ਾਂ ਬਾਰੇ ਮੈਂ ਤੁਹਾਨੂੰ ਥੋੜ੍ਹਾ ਜਿਹੀ ਇਨਫੋਰਮੇਸ਼ਨ ਦੇ ਦਿੰਦਾ। ਹੁਣ ਇਹਦੇ ਢਾਲ ਹੈ ਬਈ, ਉਹ ਵੇਖ ਲਓ ਉੱਥੇ ਕਿਰਾਇਆ ਖਾਲੀ ਚੱਲੀ ਜਾਂਦਾ, ਪਰ ਜਦੋਂ ਇੱਧਰਲਾ ਡਬਲ ਗੇੜਾ ਉੱਥੇ ਜਾਊਗਾ ਤਾਂ ਉਦੋਂ ਨੂੰ ਲੈਵਲ ਨੀਵਾਂ ਹੋ ਜਾਊਗਾ, ਸਫਾਈ ਵੱਜ ਜੂਗੀ। ਕਿਤੇ ਕੋਈ ਬਾਈ ਵੀ ਜਿਹੜੇ ਰਾਜਸਥਾਨ ਵਾਲੇ ਬਾਈ ਉਹਨਾਂ ਨੂੰ ਤਾਂ ਇਸ ਚੀਜ਼ ਬਾਰੇ ਥੋੜ੍ਹਾ ਜਿਹਾ ਪਤਾ, ਕਿਉਂਕਿ ਆਪਣੇ ਇੱਥੇ ਵਾਹਣ ਢਾਲੂ ਜ਼ਿਆਦਾ ਹੁੰਦੇ ਆ, ਅਤੇ ਜਿਹੜੇ ਬਾਈ ਪੰਜਾਬ ਵਾਲੇ ਆ ਉਹਨਾਂ ਨੂੰ ਥੋੜ੍ਹਾ ਜਿਹਾ ਇਸ ਚੀਜ਼ ਬਾਰੇ ਘੱਟ ਪਤਾ, ਕਿਉਂਕਿ ਉੱਥੇ 0 ਲੈਵਲ ਵਾਹਣ ਹੁੰਦੇ ਆ ਉਹਨਾਂ ਦੇ। ਜੇ ਕਿਰਾਇਆ ਖਾਲੀ ਚੱਲ ਰਿਹਾ ਤਾਂ ਮਤਲਬ ਜਗ੍ਹਾ ਨੀਵੀਂ ਆ, ਉਹਨਾਂ ਨੂੰ ਤਾਂ ਐਂ ਵੀ ਉਹ ਫਿਰ ਕੰਮ ਚੱਲਣਾ ਨਹੀਂ ਗਾ। ਪਰ ਰਾਜਸਥਾਨ 'ਚ ਜਿਹੜੇ ਕਿਰਾਏ ਚੱਲਦੇ ਆ ਉਹਨਾਂ ਦਾ ਹਿਸਾਬ ਕਿਤਾਬ ਥੋੜ੍ਹਾ ਡਿਫਰੈਂਟ ਆ ਪੰਜਾਬ ਵਾਲੇ ਕਿਰਾਇਆਂ ਨੂੰ। ਜਿਹੜੇ ਪੁਰਾਣੇ ਪੰਜਾਬ ਵਾਲੇ ਡਰਾਈਵਰ ਆਉਂਦੇ ਸੀ ਉਹ ਤਾਂ ਇੱਥੇ ਲੋਟ ਕਰ ਜਾਂਦੇ ਸੀ ਵੀ ਢਾਲ ਕਿਵੇਂ ਸੈੱਟ ਕਰਨੀ ਹੈ ਕਿਵੇਂ ਨਹੀਂ, ਅਤੇ ਜਿਹੜੇ ਹੁਣ ਵਾਲੇ ਡਰਾਈਵਰ ਹੈ ਉਹਨਾਂ ਤੋਂ ਢਾਲ ਵਾਲਾ ਸਿਸਟਮ ਛੇਤੀ ਲੋਟ ਨਹੀਂ ਆਉਂਦਾ ਵੀ ਢਾਲ ਕਿਵੇਂ ਬਣਾਉਣੀ।
ਹੋਣੀ ਹੈ ਕਿਵੇਂ ਨਹੀਂ, ਅੱਗੇ ਜਾ ਕੇ ਉਹਨੇ ਗੇੜਿਆਂ 'ਤੇ ਜਾ ਕੇ ਮਿੱਟੀ ਤਾਂ ਨਹੀਂ ਵੱਧਦੀ, ਇਹ ਸਾਰੀਆਂ ਚੀਜ਼ਾਂ ਉਹ ਲੋਡ ਉਹ ਜੀਰੋ ਲੈਵਲ ਜ਼ਰੂਰ ਕਰ ਲੈਂਦੇ ਆ, ਪਰ ਉਹਨਾਂ ਨੂੰ ਹੁਣ ਜਿਹੜੇ ਵਾਹਣ ਮਿਲੀ ਜਾਂਦੇ ਆ ਉਹ 90% ਜੀਰੋ ਲੈਵਲ ਹੋਏ ਵੇ ਆ ਪਹਿਲਾਂ ਦੇ, ਜਿਹੜੇ ਹੁਣ ਕਿਰਾਇਆ ਚਲਾਉਣ ਲੱਗੇ ਆ ਬਈ। ਸਾਡੇ ਇੱਥੇ ਜੇ ਕੋਈ ਜੀਰੋ ਲੈਵਲ ਕਰਨਾ ਤਾਂ ਜੀਰੋ ਲੈਵਲ ਵਾਹਣ ਬਹੁਤ ਘੱਟ ਆ ਲੋਕਾਂ ਦੇ, ਸਾਰੇ ਢਾਲੂ ਆ, ਜੇ ਜੀਰੋ ਲੈਵਲ ਕਰਨਾ ਤਾਂ ਸਾਨੂੰ ਤਾਂ ਨਵੇਂ ਵਾਹਣ ਵਾਲੀ ਗੱਲ ਹੀ ਹੈ। ਅਤੇ ਪੰਜਾਬ 'ਚ ਭਲੇ ਟਾਈਮਾਂ ਦੇ ਲੋਕਾਂ ਨੇ ਕਿਰਾਏ ਲਾਏ ਵੇ ਆ, ਜ਼ਮੀਨਾਂ ਬਹੁਤ ਟਾਈਮ ਦੀਆਂ ਆਬਾਦ ਹੋਈਆਂ ਵੀ ਹੈ, ਉਦੋਂ ਦਾ ਹੀ ਉੱਥੇ ਭਲੇ ਟਾਈਮਾਂ 'ਚ ਹੀ ਲੋਕਾਂ ਨੇ ਜੀਰੋ ਲੈਵਲ ਕੀਤੇ ਵੇ। ਹੁਣ ਜਿਹੜੇ ਉੱਥੇ ਲੱਗੇ ਵੇ ਕਿਰਾਏ 'ਚ ਕਿਰਾਇਆ ਲਾਉਂਦੇ ਆ, ਕਿਰਾਇਆ ਭਰ ਕੇ ਚੱਲਦਾ ਰਹਿੰਦਾ, ਵਧੀਆ ਸੌਖਾ ਕੰਮ ਹੈ, ਇੱਕ ਲੈਵਲ ਬੰਨ ਲਿਆ, ਕੋਈ ਇੱਕ ਪਾਸੇ ਜਾ ਕੇ ਤਵੀਆਂ ਨਾਲ ਕੋਈ ਇੱਕ ਅੱਧਾ ਗੇੜਾ ਉੱਚਾ ਨੀਵਾਂ ਹੁੰਦਾ ਅਤੇ ਉਹਦਾ ਕੋਈ ਖਾਸ ਫਰਕ ਨਹੀਂ ਹੁੰਦਾ ਵੀ ਉਹ ਮੱਥਿਆਂ 'ਚੋਂ ਜਾਂ ਨੱਕਿਆਂ 'ਚੋਂ ਕਿਤੋਂ ਵੀ ਮਿੱਟੀ ਕੱਢ ਕੇ ਤੁਸੀਂ ਉਹ ਜਗ੍ਹਾ 'ਤੇ ਪੂਰੀ ਕਰ ਸਕਦੇ। ਹਾਂਜੀ ਬਾਈ ਜੀ, ਆਪਣੀ ਲਾਈਕਾ ਰਗਵੀ 820 ਹੈ, ਠੀਕ ਹੈ ਜੀ, ਅਤੇ ਇਹ ਬਟਨਾਂ ਨਾਲ ਢਾਲ ਕਰਦੀ ਹੈ, ਅਤੇ ਇਹਦੇ 'ਤੇ ਜਿਹੜਾ ਤੁਸੀਂ ਆਹ ਪਹਿਲਾਂ ਤੁਹਾਨੂੰ ਐਕਸ ਐਕਸਿਸ ਅਤੇ ਵਾਈ ਐਕਸਿਸ ਦੱਸਦਾ ਵੀ ਹੁੰਦਾ ਕੀ ਹੈ। ਐਕਸ ਤਾਂ ਆ ਗਿਆ ਜਿਵੇਂ ਬਟਨਾਂ ਵਾਲੀ ਸਾਈਡ ਦਾ ਪਿੱਠ ਬਣਦੀ ਹੈ ਜਿਹੜੀ, ਵੀ ਇੱਧਰਲੇ ਪਾਸੇ ਜਿਹੜਾ ਤੁਹਾਨੂੰ ਦਿਖੀ ਜਾਂਦਾ ਬਟਨ ਆ ਗਏ, ਅਤੇ ਇਹਦੀ ਪਿੱਠ ਬਣ ਗਈ ਜਿਹੜੀ, ਜਿਹੜੇ ਪਾਸੇ ਮਸ਼ੀਨ ਦੀ ਢੂਈ ਆ ਗਈ ਵੀ ਥੱਲੇ ਰੱਖੀ ਦੀ, ਜਿਹੜੇ ਪਾਸੇ ਮਸ਼ੀਨ ਪੇਟੀ ਦੇ ਵਿੱਚ, ਉਹ ਤਾਂ ਇਹਦਾ ਹੋ ਗਿਆ ਐਕਸ ਐਕਸਿਸ, ਅਤੇ ਦੂਜੇ ਪਾਸੇ ਨੂੰ ਟੇਢਾ ਹੋ ਗਿਆ ਵੀ ਜਿਵੇਂ ਆਪਣਾ ਕਿਰਾਇਆ ਚੱਲੀ ਜਾਂਦਾ ਚੜ੍ਹਦੇ ਛਿਪਦੇ, ਉਵੇਂ ਹੋ ਗਿਆ ਵਾਈ ਐਕਸਿਸ। ਅਤੇ ਆ ਜਦੋਂ ਤੁਸੀਂ ਪਾਵਰ ਬਟਨ ਦੇ ਥੱਲੇ ਕਾਲਾ ਜਾਂ ਨਿਸ਼ਾਨ ਦੇ ਬਟਨ ਦੇਖੀ ਜਾਂਦੇ ਹੋ, ਸਕੇਲ ਬਣਿਆ ਵਾ ਉਹਦੇ ਉੱਪਰ, ਉਹ ਜਦੋਂ ਤੁਸੀਂ ਇੱਕ ਵਾਰੀ ਨੱਪੋਗੇ ਤਾਂ ਐਕਸ ਐਕਸਿਸ ਦੀ ਬੱਤੀ ਹੈ ਜਿਹੜੀ ਉਹ ਰੈੱਡ ਹੋ ਜੂਗੀ, ਠੀਕ ਹੈ। ਅਤੇ ਉਸ ਤੋਂ ਪਹਿਲਾਂ ਤੁਸੀਂ ਕੀ ਕਰਨਾ ਬਈ, ਜਿਹੜਾ ਇਹਦੇ 'ਚ ਤੁਹਾਡਾ ਵਾਹਣ ਹੈ ਜਿਹਦੇ 'ਚ ਤੁਸੀਂ ਢਾਲ ਕਰਨੀ ਹੈ, ਵੀ ਮੰਨ ਲਓ ਨੱਕੇ ਤੁਸੀਂ ਨੱਕੇ ਤੋਂ ਲੈ ਕੇ ਮੱਥਿਆਂ ਤਾਂ ਹੀ 1 ਇੰਚ ਦੀ ਢਾਲ ਕਰਨੀ ਹੈ, ਸਮਝ ਗਏ ਮੇਰੀ ਗੱਲ। ਅਤੇ ਉਹਦੇ 'ਚ ਕਰਨਾ ਤੁਸੀਂ ਐਂ ਹੋਊਗਾ ਫਿਰ ਵੀ ਪਹਿਲਾਂ ਮੱਥਿਆਂ 'ਤੇ ਜਾ ਕੇ ਜੀਰੋ ਲੈਵਲ ਨੂੰ ਗੋਲ ਜੀ ਗਲਾਈ ਮਾਰ ਲਓ, ਉਸ ਤੋਂ ਬਾਅਦ ਉਸ ਜਗ੍ਹਾ ਤੋਂ 1 ਇੰਚ ਲੈਵਲ ਉੱਚਾ ਕਰ ਲਓ। ਆਪਣੇ ਕਿਰਾਏ ਦਾ ਆਪਾਂ ਨੂੰ ਪਤਾ ਹੈ ਵੀ 3 ਗੇੜਿਆਂ 'ਤੇ 1 ਇੰਚ ਬਣਦਾ, ਅਤੇ ਦੂਜੇ ਕਿਰਾਇਆਂ ਦਾ ਕਿਸੇ ਦਾ 5 'ਤੇ ਬਣਦਾ, ਕਿਸੇ ਦਾ 4 'ਤੇ ਬਣਦਾ, ਆਪੋ ਆਪਦੇ ਕਿਰਾਏ ਦਾ ਹਿਸਾਬ ਹੁੰਦਾ। ਪਹਿਲਾਂ ਮਿਣੋ, ਚੈੱਕ ਕਰੋ, 1 ਇੰਚ ਕਿਰਾਇਆ ਉੱਚਾ ਕਰੋ ਉੱਥੋਂ ਜਿੰਨੀ ਤੁਸੀਂ ਢਾਲ ਕਰਨੀ ਹੈ ਮੱਥਿਆਂ ਤੋਂ, ਠੀਕ ਹੈ ਜੀ। ਉਸ ਤੋਂ ਬਾਅਦ ਨੱਕਿਆਂ 'ਚ ਜਾ ਕੇ ਵੇਖੋ ਕਿਰਾਇਆ ਫਸਦਾ ਕਿ ਲੱਗਦਾ ਹੈ ਕਿ ਕੀ ਹੁੰਦਾ, ਜੇ ਤਾਂ ਉੱਥੇ ਪੱਧਰ ਚੱਲਦਾ ਹੈ ਫਿਰ ਤਾਂ ਮੰਨ ਲਓ 1 ਇੰਚ ਦੀ ਢਾਲ ਹੈਗੀ ਹੈ, ਇਕੱਲੀ ਸਫਾਈ ਮਾਰਨੀ ਆਪਾਂ। ਆਪਾਂ ਉਸ ਤੋਂ ਬਾਅਦ ਹੈਂਡਲ ਵਾਲਾ ਲੈਵਲ ਨਹੀਂ ਛੇੜਨਾ, ਅਤੇ ਜਿਹੜਾ ਅਪਵਰਡ ਵਾਲਾ ਉੱਤੇ ਵਾਲੀ ਐਰੋ ਵਾਲਾ ਬਟਨ ਹੈ ਉਹਨੂੰ ਕਿਰਾਏ ਨੂੰ ਮੰਨ ਲਓ 2 ਗੇੜੇ ਤੁਸੀਂ ਲਾ ਲੈਣੇ ਆ, ਅਤੇ ਉਹ 2 ਗੇੜਿਆਂ 'ਚ ਹੀ ਚਲਾਈ ਜਾਣਾ। ਵੀ ਨੱਕਿਆਂ 'ਚ ਤੁਹਾਡਾ ਕਿਰਾਇਆ ਲੱਗੀ ਜਾਂਦਾ ਸੀ ਪਹਿਲਾਂ ਜਦੋਂ ਤੁਸੀਂ ਮੱਥਿਆਂ ਦਾ ਲੈਵਲ ਬੰਨ ਲਿਆ, ਅਤੇ ਮੱਥਿਆਂ 'ਚ ਤੁਹਾਡਾ ਕਿਰਾਇਆ ਖਾਲੀ ਚੱਲਦਾ ਸੀ, ਤੁਹਾਨੂੰ ਪਤਾ ਲੱਗਣ ਲੱਗ ਜੂਗਾ ਜਿਵੇਂ ਜਿਵੇਂ ਬਟਨ ਨੱਪੋਗੇ ਮੱਥਿਆਂ 'ਚ ਕਿਰਾਇਆ ਲੱਗਣ ਲੱਗ ਜੂ ਅਤੇ ਨੱਕਿਆਂ 'ਚ ਖਾਲੀ ਹੋਣ ਲੱਗ ਜੂਗਾ। ਅਤੇ ਜੇ ਥੋੜ੍ਹਾ ਜਿਹਾ ਜ਼ਿਆਦਾ ਬਟਨ ਨੱਪ ਦੋਗੇ, ਜ਼ਿਆਦਾ ਵਾਰੀ ਨੱਪ ਦੋਗੇ ਮਤਲਬ, ਤਾਂ ਮੱਥਿਆਂ 'ਚ ਤੁਹਾਡਾ ਕਿਰਾਇਆ ਫਸਣ ਲੱਗ ਜੂ ਅਤੇ ਨੱਕਿਆਂ 'ਚ ਖਾਲੀ ਚੱਲਣ ਲੱਗ ਜੂ। 1 ਅੱਧੇ ਗੇੜੇ ਦਾ ਹੈਂਡਲ ਨਾਲ ਵੀ ਸੈਟਿੰਗ ਹੋ ਜਾਂਦੀ ਹੈ ਅਤੇ ਬਾਕੀ ਆ ਬਟਨਾਂ ਨਾਲ ਵੀ ਸੈਟਿੰਗ ਹੋ ਜਾਂਦੀ ਹੈ।
ਤੇ ਉਹ ਜਿਹੜੇ ਬਾਈਕ ਕਿਰਾਏ ਚਲਾ ਲੈਂਦੇ ਆ ਇੰਨੀ ਕੁ ਸੈਟਿੰਗ ਉਹ ਕਰ ਹੀ ਲੈਣਗੇ ਵੀ ਹਾਂ ਇੱਥੇ ਆਪਣਾ ਲੈਵਲ ਸਹੀ ਚੱਲੀ ਜਾਂਦਾ। ਪਤਾ ਤੁਹਾਨੂੰ ਐਂ ਪਹਿਲਾਂ ਤੁਸੀਂ ਮੱਥੇ ਸਾਰੇ ਚੈੱਕ ਕਰਨੇ ਆ ਵੀ ਨੀਵੇਂ ਹੈ ਜਾਂ ਨਹੀਂ। ਜੇ ਉੱਚੇ ਆ ਉਹ ਇੱਕ ਇੰਚ ਤੋਂ ਆਪਾਂ ਇੰਚ ਦੀ ਢਾਲ ਕਰਨੀ ਆ ਤਾਂ ਉੱਥੋਂ ਮਿੱਟੀ ਕੱਢਣੀ ਪਊ ਅਤੇ ਥੋੜ੍ਹੀ ਬਹੁਤ ਕੱਢਣੀ ਪਊ, ਜ਼ਿਆਦਾ ਨਹੀਂ ਮੈਂ ਕਹਿੰਦਾ ਹੈਗਾ। ਅਤੇ ਜੇ ਉਹ ਨੀਵੇਂ ਆ ਤਾਂ ਉੱਥੇ ਮਿੱਟੀ ਪਾਉਣੀ ਪਊ ਥੋੜ੍ਹੀ ਬਹੁਤ, ਬਾਕੀ ਕਿਰਾਇਆ ਇੰਚ ਦੀ ਸਫਾਈ ਆਪੇ ਮਾਰ ਦੂਗਾ। ਵੀ ਪਹਿਲਾਂ ਤੁਸੀਂ ਆਪਦਾ ਇੰਚ ਦਾ ਲੈਵਲ ਬੰਨਣਾ ਉਹਦੇ 'ਤੇ, ਫਿਰ ਪਤਾ ਲੱਗੂ ਤੁਹਾਨੂੰ। ਆਪਣੇ ਬਈ ਕਹਿ ਤਾਂ ਦਿੰਦੇ ਹਾਂ ਬਈ ਯਾਰ ਸਫਾਈ ਮਾਰਨੀ ਆ, ਸੁਹਾਗਾ ਜਿਹਾ ਹੀ ਮਾਰਨਾ, ਭਜਾ ਕੇ ਮਾਰ ਦੇ। ਚੱਲ ਇਹ ਤਾਂ ਢਾਲੂ ਵਾਹਣਾ, ਆਪਾਂ ਚੜ੍ਹਦੇ ਛਿਪਦੇ ਦਾ ਕੋਟ ਹੈ, ਪਾਣੀ ਉੱਧਰ ਨੂੰ ਜਾਣਾ, ਚੱਲ ਜਾਂਦਾ। ਇਹ ਤੁਹਾਨੂੰ ਇੱਥੇ ਆ ਟਾਇਰ ਉੱਚੇ ਨੀਵੇਂ ਹੋਏ ਦਿਖਦੇ ਹੋਣਗੇ। ਜਦੋਂ ਦੂਜੇ ਹਾਈ 'ਚ 1300-1400 ਰੇਸ ਵੀ ਜ਼ਿਆਦੇ ਆ ਬਈ। ਅਸਲ ਕਿਰਾਏ ਦੀ ਸਪੀਡ 7-8 ਕਿਲੋਮੀਟਰ, 8.5 ਕਿਲੋਮੀਟਰ ਤੱਕ ਜਾਇਜ਼ ਹੈ, ਉਸ ਤੋਂ ਉੱਪਰ ਦੀ ਜਿਹੜੀ ਸਪੀਡ ਹੈ ਉਹ ਨਜਾਇਜ਼ ਹੈ। ਉੱਥੋਂ ਤੱਕ ਕਿਰਾਏ ਨੇ ਜਿੰਨਾ ਕਿਰਾਇਆ ਸਲੋ ਚੱਲੂਗਾ, ਪਹਿਲੇ ਹਾਈ ਦੀ ਜਿਹੜੀ ਮੰਨ ਲਓ ਕਲਟੀਵੇਸ਼ਨ ਸਪੀਡ ਹੁੰਦੀ ਹੈ 9 ਕਿਲੋਮੀਟਰ ਹੁੰਦੀ ਆ, ਅਤੇ ਲਗਭਗ ਟਰੈਕਟਰਾਂ ਦੀ ਵੀ ਕਿਰਾਇਆ ਆਪਣਾ 7-8 ਕਿਲੋਮੀਟਰ ਦੀ ਸਪੀਡ 'ਤੇ ਚੱਲੇ। ਜਿਹੜੀਆਂ ਪੁਰਾਣੀਆਂ ਡੋਲੀਆਂ ਸੀ ਉਦੋਂ ਜ਼ਿਆਦਾ ਸਪੀਡ 'ਤੇ ਬਈ ਠੱਪੇ ਖਾਣ ਲੱਗ ਜਾਂਦੀਆਂ ਸੀ, ਅਤੇ ਉਹ ਡੋਲੀਆਂ ਜਮ੍ਹਾਂ ਸਹੀ ਸੀਗੀਆਂ। ਇਹਨਾਂ 'ਤੇ ਬੰਦਾ ਭਜਾ ਤਾਂ ਲੈਂਦਾ ਪਰ ਅੱਖਾਂ ਨੂੰ ਨਹੀਂ, ਜਿਹੜਾ ਚੱਲ ਕਿਰਾਇਆ ਲਾਉਂਦਾ ਉਹਨੂੰ ਤਾਂ ਪਤਾ ਲੱਗ ਜਾਂਦਾ। ਜਾਂ ਤੁਸੀਂ ਰਾਤ ਨੂੰ ਕਿਰਾਇਆ ਲਵਾਓ, ਕੰਪਿਊਟਰ ਲਵਾਓ, ਤੁਹਾਨੂੰ ਲਾਈਟਾਂ ਟੱਪਣਗੀਆਂ, ਮੋੜੋਗੇ, ਟਰੈਕਟਰ ਕਰੋਗੇ, ਤੁਹਾਨੂੰ ਉਦੋਂ ਉੱਚਾ ਨੀਵਾਂ ਥਾਂ ਲਾਈਟਾਂ ਨਾਲ ਹੀ ਦਿਖਣ ਲੱਗ ਜਾਂਦਾ, ਪਰਛਾਵਾਂ ਬਣਨ ਲੱਗ ਜਾਂਦਾ, ਅਤੇ ਕਿਉਂ ਦੋਗੀਆਂ ਜੀਆਂ ਉਦੋਂ ਨੂੰ ਕਿਰਾਇਆ ਟੱਪ ਜਾਂਦਾ ਬਈ। ਜਦੋਂ ਉਹਨੂੰ ਦੋਗੀ ਛਿੱਲਣੀ ਹੈ ਜਾਂ ਆਪਣੇ ਮਿੱਟੀ ਸਿੱਟਣੀ ਹੈ, ਪੂਰੀ ਮਿੱਟੀ ਵੀ ਨਹੀਂ ਡਿੱਗਦੀ ਅਤੇ ਪੂਰੀ ਦੋਗੀ ਵੀ ਨਹੀਂ ਛਿੱਲੀਦੀ। ਅਤੇ ਕਹਿ ਤਾਂ ਦਿੰਦੇ ਹਾਂ ਬਈ ਵੀ ਭਜਾ ਕੇ ਫੇਰ ਦਿਓ ਐਵੇਂ ਉਵੇਂ, ਪਰ ਜਿਹੜੀ ਚੀਜ਼ ਸਲੋ 'ਚ ਬਣਨੀ ਆ ਉਹ ਬਣਨੀ। ਪਾਣੀ ਤਾਂ ਬਈ ਐਵੇਂ ਵੀ ਲੱਗ ਜਾਣਾ, ਪਰ ਕਈਆਂ ਨੂੰ ਹੁੰਦਾ ਸ਼ੌਂਕ ਵਾਲੀ ਗੱਲ ਹੈ ਵੀ ਪੂਰਾ ਰੀਝਣਾ ਯਾਰ ਵੀ ਐਂ ਦੋਗੀ ਉੱਚੀ ਨੀਵੀਂ ਨਾ ਦਿਖੇ। ਮਤਲਬ ਦੋਗੀ ਤਾਂ ਨਹੀਂ ਬਣਦੀ ਪਰ ਪਾਣੀ ਜਦੋਂ ਵੱਤਰ ਆਉਂਦਾ ਉਦੋਂ ਉਹ ਨੀਵਾਂ ਜਿਹੜਾ ਦੋਗੀ ਜੀ ਉਹ ਆਪਾਂ ਨੂੰ ਐਂ ਵੱਟ ਜੀ ਦਿਖਦੀ ਹੁੰਦੀ ਹੈ ਛੋਟੀ ਜੀ, ਉਹਨਾਂ ਕੁ ਥਾਂ ਉੱਚਾ ਹੁੰਦਾ, ਉਹਦੇ ਕੋਲੇ ਵਾਲੀ ਪੋਲੀ ਮਿੱਟੀ ਬਹਿ ਜਾਂਦੀ ਹੁੰਦੀ ਹੈ, ਉਹ ਫਰਕ ਰਹਿੰਦਾ ਉਸ ਚੀਜ਼ ਦਾ। ਹਾਂਜੀ ਬਾਈ ਜੀ, 8 ਵਿਘੇ ਥਾਂ ਬਣ ਗਿਆ ਸੀ ਬਾਈ ਜੀ, 1.5 ਵਿਘਾ ਇੱਕ ਸੀਗਾ, 6.5 ਵਿਘੇ ਕਿੱਲੇ ਜੋ ਵੀ, ਅਤੇ 8 ਵਿਘੇ ਜਗ੍ਹਾ ਬਣ ਗਈ ਸੀ 40 ਕਨਾਲਾਂ। 4 ਘੰਟੇ ਪੂਰਾ ਟੋਟਲ ਟਾਈਮ ਲੱਗਿਆ ਬਾਈ ਇਹਦੇ 'ਤੇ, ਅਤੇ ਸਾਰਾ ਵਧੀਆ ਬਣਾ ਤਾ। ਜਿਹੜੀ ਢਾਲ ਦੀ ਦਿੱਕਤ ਸੀ ਉਹ ਤੁਹਾਨੂੰ ਮੈਂ ਪੂਰੀ ਐਨ ਪੂਰੀ ਜਮ੍ਹਾਂ ਉਹਨੂੰ ਕਿਸੇ ਨੇ ਬਰੀਫ ਕਰਤਾ ਤੁਹਾਨੂੰ ਢਾਲ ਬਾਰੇ ਵੀ ਕੀ ਢਾਲ 'ਚ ਦਿੱਕਤ ਆਉਂਦੀ ਹੈ, ਕਿਵੇਂ ਆਉਂਦੀ ਹੈ ਅਤੇ ਕਿਵੇਂ ਨਹੀਂ ਆਉਂਦੀ, ਠੀਕ ਹੈ ਜੀ। ਅਤੇ ਬਾਕੀ ਆਪਣੇ ਰਹੀ ਗੱਲ ਦੂਜੇ ਦੀ, ਦੂਜੇ 1.5 ਵਿਘਾ ਸੀਗਾ ਉਹ ਜ਼ੀਰੋ ਕੀਤਾ, ਅਤੇ ਦੋਨੋਂ ਪਾਸੇ ਜ਼ੀਰੋ ਵੀ ਮੈਂ ਸਾਡੇ ਇੱਥੋਂ ਵਾਲੇ ਜਿਹੜੇ ਵਾਹਣ ਮੈਂ ਜ਼ੀਰੋ ਕਰਕੇ ਦਿੰਦਾ ਹਾਂ, ਉਹ ਖਾਲੇ ਵਾਲੇ ਲੋਟ ਤਾਂ ਮੈਂ ਜ਼ੀਰੋ ਕਰ ਦਿੰਦਾ, ਪਰ ਜਿਹੜੇ ਦੂਜੇ ਜੇ ਝੋਨਾ ਲਾਉਣਾ ਪੂਰਾ, ਮਤਲਬ ਕਹਿ ਹੀ ਦਿੱਤਾ ਵੀ ਝੋਨਾ ਹੀ ਲਾਉਣਾ, ਫਿਰ ਤਾਂ 0-0 ਹੀ ਹੋਊਗਾ, ਕੋਈ ਸ਼ੱਕ ਨਹੀਂ। ਪਰ ਜੇ ਕੋਈ ਆਮ ਉਵੇਂ ਫਸਲ ਬੀਜਣੀ ਹੈ ਅਤੇ ਛੋਟੀ ਲਾਮ ਕਰਕੇ 0 ਹੈ ਤਾਂ ਵੀ ਮੈਂ ਅੱਧੇ ਗੇੜੇ ਦੀ ਢਾਲ ਜ਼ਰੂਰ ਦੇ ਕੇ ਆਉਣਾ ਉਹਦੇ 'ਚ। ਇਹੋ ਜਿਹਾ ਨਹੀਂ ਕੋਈ ਚੱਕਰ ਵੀ ਜਮ੍ਹਾਂ 0-0 ਕਰ ਆਊਂਗਾ, ਕਿਉਂਕਿ ਡਰਾਈਵਰ ਨੇ ਥੋੜ੍ਹੀ ਮੰਨਣਾ ਬਈ ਬਾਅਦ 'ਚ ਟਰੈਕਟਰ ਵਾਲੇ ਨੇ ਬਾਈ ਮੇਰੇ ਤੋਂ ਸੁਹਾਗੇ ਦੀ ਲਿਫਟ ਚੱਕੀ ਗਈ ਸੀ ਜਾਂ ਤਵੀਆਂ ਦੀ ਹਲਾਂ ਬਾਹਲੀ ਵੱਡੀ ਵੱਢ ਲਈ ਸੀ, ਕੋਈ ਨਹੀਂ ਮੰਨਦਾ ਬਈ ਬਾਅਦ 'ਚ। ਅਤੇ ਆਪਣੇ ਫਿਰ ਉਹ ਦੋਗੀਆਂ 'ਤੇ ਪਾਣੀ ਨਾਲ ਚੜ੍ਹੇ ਕਰੇ ਦਿੱਕਤ ਆਉਂਦੀ ਆਉਂਦੀ ਹੈ ਬਈ, ਬਾਅਦ 'ਚ
ਕੰਪਿਊਟਰ ਵਾਲੇ ਨੂੰ ਹੀ ਕਹਿੰਦੇ ਆ ਵੀ ਬਈ ਉਹ ਛੱਡ ਗਿਆ ਸੀ, ਤਾਂ ਕਰਕੇ ਆਪਾਂ ਝੋਨਾ ਵੇਖੀਏ ਕਿ ਘਰੇ ਫਿਰ ਹੀ ਚੱਲਾਂਗੇ, ਤਾਂ ਕਰਕੇ ਆਪਾਂ ਅੱਧੇ ਗੇੜੇ ਦੀ ਢਾਲ ਜ਼ਰੂਰ ਦਿੰਦੇ ਦਿੰਦੇ ਹਾਂ। ਡੇਲੀ ਸਕੋਰਪੀਓ ਬਣੀ ਜਾਂਦੀ ਹੈ ਬਈ, ਗਰਮੀ ਨਾਲ ਝੋਨੇ ਵਾਲਾ ਬੁਰਾ ਹਾਲ ਹੈ ਯਾਰ। ਹੁਣ ਤਾਂ ਐਂ ਜੀ ਕਰਦਾ ਜੇ ਕਿਤੇ ਸਪ੍ਰਿੰਕਲਰ ਜੇ ਹੋਣ ਨਾ ਫੁਹਾਰੇ ਜੇ, ਉਹ ਸਵਾਦ ਹੀ ਲਿਆ ਦੇਣਾ, ਝੋਨਾ ਨਵਾਇਆ ਜਾਵੇ ਉੱਤੋਂ। ਨਰਮੇ ਬਾਈ ਸਾਡੇ ਪਹਿਲਾਂ ਦਾ ਸੀਗੇ ਬਹੁਤ ਹੀ ਵਧੀਆ, ਹੁਣ ਬਸ ਇਸ ਟਾਈਮ 'ਤੇ ਆ ਕੇ ਸਾਡੇ ਬਿਲਟਰ ਉਹ ਵੀ ਚਾਲੂ ਹੋ ਜਾਂਦਾ ਨਰਮਿਆਂ 'ਚ, ਅਤੇ ਉਹਦਾ ਸਾਡੇ ਕੋਲ ਕੋਈ ਇਲਾਜ ਨਹੀਂ ਸੀ, ਸਾਰਾ ਮੱਥਾ ਮਾਰਿਆ ਹੋਇਆ, ਜਿਹੜੀਆਂ ਸਪਰੇਆਂ ਯੂਰੀਆ ਯਾਰ ਜਾਂ ਸਭ ਮੱਥਾ ਮਾਰਿਆ ਹੋਇਆ ਉਸ ਚੀਜ਼ 'ਤੇ ਅਸੀਂ, ਅਤੇ ਉਹਦਾ ਸਾਨੂੰ ਨਹੀਂ ਹਜੇ ਕੋਈ ਇਲਾਜ ਲੱਭਿਆ ਗਾ, ਜਿਹੜਾ ਕੋਈ ਚੰਗੇ ਤੋਂ ਚੰਗਾ ਸਪਰੇਅ ਵਾਲਾ ਨਾ ਹੋਰ ਸਾਰਿਆਂ ਨੇ ਜਿਵੇਂ ਜਿਹੜੀਆਂ ਜਿਹੜੀਆਂ ਸਲਾਹਾਂ ਦਿੱਤੀਆਂ ਸਾਰਾ ਅਸੀਂ ਉਹ ਕਰਕੇ ਦੇਖਿਆ, ਪਰ ਸਾਨੂੰ ਉਹਦਾ ਨਹੀਂ ਕੋਈ ਪ੍ਰੋਪਰ ਇਲਾਜ ਸੈਟਿਸਫਾਈਂਗ ਜਿਹਾ ਇਲਾਜ ਨਹੀਂ ਲੱਭਿਆ ਗਾ ਸਾਨੂੰ ਬਈ। ਬੰਦਿਆਂ ਨੇ ਬਈ ਸਲਾਮੀ ਸਲੂਮੀ ਤਾਂ ਵਧੀਆ ਲੈ ਲਈ ਸੀ ਵਾਹਣ ਦੀ, ਆਹ ਤੁਹਾਨੂੰ ਪਤਾ ਇੰਨਾ ਕੁ ਆਪਣਾ ਮਿਕਸ ਬਰੀਡ ਝੋਨਾ, ਕਿਉਂਕਿ ਆਪਾਂ ਨੂੰ ਵੀ ਨੌਲੇਜ ਨਹੀਂ ਸੀ ਅਤੇ ਲੇਬਰ ਵੀ ਸੁੱਖ ਨਾਲ ਬਾਹਲੀ ਤਕੜੀ ਟੱਕਰੀ ਸਾਨੂੰ। ਆਹ ਕਿਆਰਾ ਬਾਈ ਆਪਣਾ ਜੀਰੋ ਲੈਵਲ ਨਹੀਂ ਗਾ, ਉੱਧਰ ਨੂੰ ਢਾਲ ਹੈ, ਉੱਧਰ ਝੋਨਾ ਵੀ ਉੱਚਾ ਖੜਾ ਜਿੱਧਰ ਪਾਣੀ ਵਾਲਾ ਖੜਦਾ, ਅਤੇ ਅਗਲੀ ਵਾਰੀ ਨੂੰ ਇਹਨੂੰ ਵੀ ਆਪਾਂ ਜੀਰੋ ਕਰਾਂਗੇ ਅਤੇ ਇਹਦੇ 'ਚ ਆਪਾਂ ਕਿੰਨਾ ਲੈਂਦੇ ਆ ਉਹ ਤਾਂ 5 ਕਿੱਲਿਆਂ ਦਾ ਇੱਕਲ ਹੀ ਕਰਾਂਗੇ, ਜਿੰਨਾ ਹੁਣ ਝੋਨਾ ਲੱਗਿਆ ਹੋਇਆ ਉਹਨੂੰ ਤਾਂ 5 ਕਿੱਲਿਆਂ ਨੂੰ ਜਮ੍ਹਾਂ ਇੱਕੋ ਜਿਹਾ ਕਰਨਾ ਹੀ ਕਰਨਾ, ਵੀ 2 ਵੱਟਾਂ ਕੱਢੀਆਂ ਅਤੇ ਆਪਦਾ ਕੰਮ ਨੱਕੀ ਗੁਬਾਰਾ ਆਪਣਾ ਸੁੱਖਣਾ ਬਈ ਬਚ ਗਿਆ, ਨਹੀਂ ਆਈ ਦਿੱਕਤ ਸਾਨੂੰ, ਲੋਕਾਂ ਦੇ ਗੁਬਾਰੇ 'ਚ ਖੇੜਾ ਆ ਗਿਆ ਸੀ ਸਾਡਾ ਪਛੇਤਾ ਸੀ, ਪਹਿਲੀ ਵਾਰੀ ਆਪਣੇ ਗੁਬਾਰਾ ਹੋਣ ਲੱਗਿਆ, ਨਹੀਂ ਆਪਣੇ ਗੁਬਾਰਾ ਸਾਡੇ ਪੱਕੇ ਵਾਹਣਾਂ 'ਚ ਗੁਬਾਰਾ ਨਹੀਂ ਹੁੰਦਾ, ਜਿੱਥੇ ਬੋਰਾਂ ਦੇ ਪਾਣੀ ਜ਼ਿਆਦਾ ਲੱਗਦੇ ਆ ਉੱਥੇ ਗੁਬਾਰਾ ਨਹੀਂ ਹੁੰਦਾ ਗਾ। ਇੱਕ ਬਈ ਆਹ ਨੱਕੇ ਆ ਜਿਹੜੇ ਵਾਹਣ ਦੇ, ਇੱਥੇ ਤੁਸੀਂ ਕੰਪਿਊਟਰ ਨਾਲ ਮੰਨ ਲਓ ਪੋਲੀ ਮਿੱਟੀ ਡਿੱਗ ਜਾਂਦੀ, ਉਹ ਪਾਣੀ ਪੈਂਦਾ ਅਤੇ ਬਹਿ ਜਾਂਦੀ ਆ, ਨੱਕੇ ਨੀਵੇਂ ਰਹਿ ਜਾਂਦੇ ਆ। ਐਤਕੀ ਆਪਾਂ ਡੋਲੀ ਕਿਰਾਏ ਨਾਲ ਭਰ ਕੇ ਅਤੇ ਫੱਟ ਸਿੱਟਣੇ ਇੱਥੇ ਸਾਰੇ 'ਚ ਨੱਕਿਆਂ ਦੇ ਵਿੱਚ ਅੱਗੇ ਅੱਗੇ, ਅਤੇ ਮੁੜ ਕੇ ਉਹ ਕੰਪਿਊਟਰ ਕਿਰਾਇਆ ਇੱਥੋਂ ਟਾਇਟ ਹੋ ਕੇ ਟੱਪੇ ਪੂਰਾ ਸਾਰੇ ਨੱਕਿਆਂ 'ਚੋਂ। ਇੱਥੇ ਬਈ ਆਪਾਂ ਸੁਪਰ ਸੀਡਰ ਫੇਰਤਾ ਸੀ ਉਈ ਛਿੱਟਾ ਜਿਹਾ ਮਾਰ ਕੇ, ਅਤੇ ਇੰਨੇ ਥਾਂ 'ਤੇ ਤਾਂ ਕੋਈ ਗੁਬਾਰਾ ਨਹੀਂ ਦੇਖ ਰਿਹਾ ਤੁਹਾਨੂੰ, ਕਿਤੇ ਆਖੋ ਜੋ ਉੱਤੇ ਵਿਹਲੇ ਛੱਡ ਰੱਖਿਆ, ਅਤੇ ਇਹੋ ਜਿਹਾ ਬਣ ਗਿਆ ਬਈ ਆਪਣਾ ਝੋਨਾ, ਡਿੱਗਣ ਤੋਂ ਹਜੇ ਤੱਕ ਬਚਾ ਹੈ ਅਤੇ ਰੱਬ ਬਚਾ ਹੀ ਰੱਖੇ, ਚਲੋ ਬਾਹਲੀ ਵਧੀਆ ਗੱਲ ਹੈ। ਪੰਜਾਬ 'ਚ ਤਾਂ ਬਈ ਮੀਂਹ ਕਾਫੀ ਚੱਲੀ ਜਾਂਦਾ, ਇੱਧਰ ਮੈਂ ਸੰਧੂ ਫਾਰਮ ਵਾਲੇ ਬਾਈ ਦੀ ਵੇਖੀ ਸੀ ਵੀਡੀਓ, ਬਾਈ ਦਾ ਝੋਨਾ ਡਿੱਗ ਪਿਆ ਸੀ, ਚਲੋ ਰੱਬ ਬਚਾ ਰੱਖੇ ਬਈ।